ਮੇਰੇ ਪਿਆਰੇ ਜਲੰਧਰ ਵਾਸੀਓ ਅੱਜ 2 ਅਪ੍ਰੈਲ 2020 ਦੇ ਦਿਨੇ 2 ਵਜੇ ਨੇ ਬੜੀ ਇੰਪੋਰਟੈਂਟ ਮੈਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਸਭ ਤੋਂ ਪਹਿਲਾਂ ਮੈਂ ਇਸ ਗੱਲ ਦੀ ਮਾਫੀ ਮੰਗਦਾ ਤੁਸੀਂ ਪਿੱਛੇ ਦੇਖੋ ਮੈਂ ਆਪਦੇ ਦਫ਼ਤਰ 'ਚ ਬੈਠਾ ਮੇਰੀ ਜਿਹੜੀ ਟ੍ਰੇਨਿੰਗ ਹੈ ਉਹਦਾ ਪਹਿਲਾ ਹਿੱਸਾ ਇਹ ਹੈ ਕਿ ਵੀ ਪ੍ਰੋਪਰ ਤਿਆਰ ਹੋ ਕੇ ਔਰ ਪ੍ਰੋਪਰ ਫਾਰਮਲ ਕੱਪੜੇ ਪਾ ਕੇ ਡੀਸੀ ਨੇ ਦਫ਼ਤਰ 'ਚ ਆਉਣਾ ਹੈ ਕਿਸੇ ਵੀ IAS ਅਫਸਰ ਨੇ ਅੱਜ ਮੈਂ ਸਵੇਰ ਤੋਂ ਨਾ ਨਹਾਤਾ ਹੈ ਨਾ ਵਾਲ ਵਾਹੇ ਹੈ ਆਹ ਦੇਖ ਲਓ ਆਹ ਟਰੈਕ ਸੂਟ ਪਾ ਕੇ ਆਪਣੀ ਕੁਰਸੀ ਤੇ ਬੈਠਾ ਇਹਦਾ ਕਾਰਨ ਇਹ ਹੈ ਕਿ ਅੱਜ ਮੇਰੇ ਸਵੇਰੇ ਕੁਝ ਆੜਤੀ ਵੀਰਾਂ ਨੇ ਜਿਹੜੇ ਕਿ ਮੰਡੀ ਦੇ ਨੇ ਉਹਨਾਂ ਨੇ ਲੋਕਾਂ ਨੂੰ ਇਹ ਥ੍ਰੈਟ ਦਿੱਤੀ ਹੈ ਕਿ ਵੀ ਉਹ 1-2 ਦਿਨਾਂ ਨੂੰ ਜਿਹੜੀ ਹੈਗੀ ਹੈ ਮੰਡੀ 'ਚ ਸਟ੍ਰਾਈਕ ਕਰ ਦੇਣਗੇ ਇਹਦੇ ਕਰਕੇ ਲੋਕਾਂ 'ਚ ਬੜੀ ਪੈਨਿਕ ਹੋ ਗਿਆ ਔਰ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਪਤਾ ਨਹੀਂ ਸਬਜ਼ੀ ਮਿਲਣੀ ਨਹੀਂ 2 ਦਿਨਾਂ ਨੂੰ ਇਸ ਗੱਲ ਦੀ ਮਹੱਤਤਾ ਨੂੰ ਸਮਝਦੇ ਹੋਏ ਸਵੇਰ ਤੋਂ ਮੇਰੇ 6-7 ਘੰਟੇ ਇਸੇ ਕੰਮ ਤੇ ਲੱਗ ਗਏ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ 25 ਲੱਖ ਲੋਕਾਂ ਨੂੰ ਆਪਾਂ ਹਰੀ ਸਬਜ਼ੀ ਪਹੁੰਚਾਣੀ ਹੈ ਤਾਂ ਕਿ ਉਹਨਾਂ ਦੀ ਸਿਹਤ ਠੀਕ ਰਹੇ ਔਰ ਤਾਂ ਕਿ ਕਿਸਾਨ ਵੀਰਾਂ ਦੀ ਜਿਹੜੀ ਫਸਲ ਹੈਗੀ ਉਹ ਠੀਕ ਰੂਪ 'ਚ ਵਿਕਦੀ ਰਹੇ ਬਹੁਤ ਸਾਰੀਆਂ ਖ਼ਬਰਾਂ ਮੇਰੇ ਪ੍ਰੈਸ ਵਾਲੇ ਵੀਰਾਂ ਨੇ ਲਾਈਆਂ ਕਿ ਵੀ ਮੰਡੀ 'ਚ ਭੀੜ ਹੁੰਦੀ ਹੈ ਮੰਡੀ 'ਚ 250 ਆੜਤੀਏ ਨੇ ਜੇ ਇੱਕ ਆੜਤੀ ਕੋਲ 2 ਮਜ਼ਦੂਰ ਹੋਣ ਤਾਂ 500 ਮਜ਼ਦੂਰ ਹੋ ਗਏ 750 ਬੰਦਾ ਹੋ ਗਿਆ 1000 ਰੇੜੀਆ 1750 ਬੰਦਾ ਹੋ ਗਿਆ ਇੰਨੇ ਬੰਦੇ ਹੋਣ ਤੋਂ ਥੋੜੀ ਬਹੁਤ ਭੀੜ ਹੋਣੀ ਹੈ ਜੇਕਰ ਇਹ ਸਾਡੇ ਨਾਲ ਸਹਿਯੋਗ ਨਾ ਕਰਨ ਲਗਭਗ 40-50 ਏਕੜ ਦੇ ਵਿੱਚ ਮੰਡੀ ਹੈ ਔਰ ਸਾਰੇ ਏਰੀਏ ਵਿੱਚ ਖਿੱਲਰ ਕੇ ਅਗਰ ਇਹ ਸਬਜ਼ੀਆਂ ਨਾ ਵੇਚਣ ਤੁਸੀਂ ਦੱਸੋ ਉੱਥੇ ਕੋਰੋਨਾ ਫੈਲੂਗਾ ਕਿ ਨਹੀਂ ਫੈਲੂਗਾ ਇਹ ਚੀਜ਼ ਨੂੰ ਸੈੱਟ ਕਰਨ ਦੇ ਲਈ ਮੈਂ ਇੱਕ ਕਮੇਟੀ ਬਣਾਈ ਉਸ ਕਮੇਟੀ ਦੇ ਵਿੱਚ ਜਿਹੜੇ ਅਫਸਰ ਨੇ ਉਹ ਕਿਸ ਸੀਨੀਓਰਿਟੀ ਦੇ ਨੇ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਰਾਹੁਲ ਸਿੰਧੂ IAS ਅਫਸਰ ਨੇ ਜੋ ਕਿ SDM ਨੇ ਗੁਰਮੀਤ ਸਿੰਘ DCP ਇਨਵੈਸਟੀਗੇਸ਼ਨ ਨੇ SSP ਰੈਂਕ ਦੇ ਅਫਸਰ ਨੇ ਸੁਧਰਵੀਲੀ ਮੈਡਮ IPS ਅਫਸਰ ਹੈਗੇ ਨੇ ਰਵਿੰਦਰ ਸਿੰਘ PPS ਅਫਸਰ ਨੇ SP ਰੂਰਲ ਨੇ ਦਵਿੰਦਰ ਸਿੰਘ DMO ਨੇ ਕਰਨਦੀਪ ਸਿੰਘ DM ਵੇਅਰ ਹਾਊਸ ਨੇ ਤੇ ਮੇਜਰ ਜਨਰਲ ਰਿਟਾਇਰਡ ਬਲਵਿੰਦਰ ਸਿੰਘ ਆਰਮੀ ਦੇ ਨੇ ਜੋ ਕਿ ਸਾਡੇ GOG ਹੈੱਡ ਨੇ ਇੰਨੇ ਬੰਦਿਆਂ ਨੇ ਰਲ ਮਿਲ ਕੇ ਆੜਤੀਆਂ ਨੂੰ ਬੇਨਤੀ ਕੀਤੀ ਕਿ ਵੀ ਟਮਾਟਰ ਜਿਹੜੇ ਬਲਕ 'ਚ ਆਉਂਦੇ ਨੇ ਪਿੱਛੇ ਇੱਕ ਖੁੱਲਾ ਫੜ ਹੈਗਾ ਵੀ ਤੁਸੀਂ ਟਮਾਟਰ ਜਿਹੜੇ ਆ ਪਿੱਛੇ ਵੇਚ ਦਿਓ ਕੁਝ ਬੰਦੇ ਆਪਣੀ ਲਾਲਚ 'ਚ ਕਿ ਮੂਹਰੇ ਸਾਡੀ ਸਬਜ਼ੀ ਜ਼ਿਆਦਾ ਵਿਕ ਸਕਦੀ ਹੈ ਉਹ ਬੰਦਿਆਂ ਨੇ ਪਿੱਛੇ ਜਾਣ ਤੋਂ ਸਾਫ਼ ਇਨਕਾਰ ਕਰਤਾ ਔਰ ਅਗਲੇ ਫੜ ਤੇ ਸਬਜ਼ੀ ਵੇਚਦੇ ਰਹੇ ਹੁਣ ਤੁਸੀਂ ਦੱਸੋ ਵੀ ਐਸੇ ਬੰਦੇ ਐਸੇ ਟਮਾਟਰਾਂ ਰਾਹੀਂ ਜਾਂ ਭੀੜ ਵਾਲੀ ਜਗ੍ਹਾ ਰੱਖ ਕੇ ਜੇ ਤੁਹਾਡੇ ਘਰਾਂ 'ਚ ਬਿਮਾਰੀ ਪਹੁੰਚਾਉਣ ਕੀ ਮੈਨੂੰ ਉਹਨਾਂ ਨਾਲ ਨਰਮੀ ਕਰਨੀ ਚਾਹੀਦੀ ਸੀ ਸਖਤੀ ਵਰਤਦੇ ਹੋਏ ਮੈਂ ਇਹਨਾਂ 'ਚੋਂ 5 ਆੜਤੀ ਵੀਰਾਂ ਦੇ ਬੜੇ ਭਰੇ ਮਨ ਨਾਲ ਜਿਹੜੇ ਕਿ ਉਹ ਵੀ ਮੇਰੇ ਵੀਰ ਨੇ ਮੈਂ ਸਖਤੀ ਕਰਨਾ ਨਹੀਂ ਸੀ ਚਾਹੁੰਦਾ ਮੈਨੂੰ ਲਾਇਸੈਂਸ ਸਸਪੈਂਡ ਕਰਨੇ ਪਏ ਮੈਂ ਸਸਪੈਂਡ ਹੀ ਕੀਤੇ ਕੈਂਸਲ ਨਹੀਂ ਸੀ ਕੀਤੇ ਔਰ ਇਹ ਬੰਦਿਆਂ ਨੇ ਬਜਾਏ ਕਿ ਆਪਦੇ ਕੰਮ 'ਚ ਸੁਧਾਰ ਲਿਆਉਣ ਦੇ ਅੱਜ ਇਹ ਥ੍ਰੈਟ ਦੇਤੀ ਕਿ ਅਸੀਂ ਮੰਡੀ ਬੰਦ ਕਰਾਂਗੇ ਮੈਂ ਇਹ ਗੱਲ ਤੁਹਾਡੇ ਇਸ ਮਾਧਿਅਮ ਰਾਹੀਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਲੰਧਰ ਵਾਸੀਆਂ ਨੂੰ ਚੰਗੀ ਸਬਜ਼ੀ ਚੰਗੀ ਖੁਰਾਕ ਤੇ ਮੇਰੇ ਕਿਸਾਨ ਵੀਰਾਂ ਦੀ ਜਿਹੜੀ ਸਬਜ਼ੀ ਵੇਚਣ ਦੀ ਜਿਹੜੀ ਗਾਰੰਟੀ ਹੈ ਵੀਇੰਗ ਐਡਮਿਨਿਸਟ੍ਰੇਟਰ ਮੇਰੀ ਜਿਹੜੀ ਗਾਰੰਟੀ ਹੈਗੀ ਹੈ ਕੋਈ 8-10 ਬੰਦੇ ਮਿਲ ਕੇ ਜੇ ਪੂਰੇ ਸਿਸਟਮ ਨੂੰ ਬਲੈਕਮੇਲ ਕਰਨਾ ਚਾਹਣ ਇਸ ਗੱਲ ਦੀ ਆਗਿਆ ਬਿਲਕੁਲ ਨਹੀਂ ਦਿੱਤੀ ਜਾਵੇਗੀ ਇਸ ਗੱਲ ਦੇ ਲਈ ਮੈਂ ਪਹਿਲਾਂ ਆੜਤੀਏ ਵੀਰਾਂ ਨੂੰ ਦੁਬਾਰਾ ਬੇਨਤੀ ਕਰਦਾ ਕਿ ਨਾਰਮਲ ਹਾਲਾਤ ਨਹੀਂ ਹੈਗੇ ਸਟ੍ਰਾਈਕਾਂ ਕਰਨ ਵਾਲੇ ਇਹ ਹਾਲਾਤ ਬੜੇ ਐਕਸਟਰਾ ਆਰਡਨਰੀ ਔਰ ਜੰਗ ਵਾਲੇ ਹਾਲਾਤ ਹੈਗੇ ਨੇ ਤੁਸੀਂ ਕਿਰਪਾ ਕਰਕੇ ਸਹਿਯੋਗ ਕਰੋ ਸਬਜ਼ੀਆਂ ਵੇਚਣ ਦੇ ਵਿੱਚ ਔਰ ਲੋਕਾਂ ਨੂੰ ਸਹਾਇਤਾ ਦੇਣ ਦੇ ਵਿੱਚ ਸਾਡੀ ਮਦਦ ਕਰੋ ਏਡੀ ਵੱਡੀ 7 ਮੈਂਬਰੀ ਏਡੇ ਸੀਨੀਅਰ ਅਫਸਰਾਂ ਦੀ ਤੁਹਾਡੀ ਕਮੇਟੀ ਬਣਾਈ ਹੈ ਇਹਦੇ ਨਾਲ ਬੈਠ ਕੇ ਆਪਦੇ ਮਸਲੇ ਹੱਲ ਕਰੋ ਔਰ ਪੂਰਾ ਜਿਹੜਾ ਫੜ ਹੈਗਾ ਉਹ ਖੁੱਲ ਕੇ ਖੁੱਲੇ ਖੁੱਲੇ ਹੋ ਕੇ ਪਿੱਛੇ ਜਾ ਕੇ ਸਾਰੀ ਸਬਜ਼ੀ ਵੇਚੋ ਅੱਗੇ ਪਿੱਛੇ ਤਾਂ ਤੁਸੀਂ ਆਪਦੀ ਮਰਜ਼ੀ ਕਰਦੇ ਹੋ ਪਰ ਫੇਰ ਵੀ ਜੇਕਰ ਕੋਈ ਇਸ ਤਰ੍ਹਾਂ ਦੇ ਹਾਲਾਤ ਆਏ ਕਿਸੇ ਨੇ ਕਾਨੂੰਨ ਆਪਦੇ ਹੱਥ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਕੇਸ ਦੇ ਵਿੱਚ ਐਮਰਜੈਂਸੀ ਜੋ ਮੈਂ ਪਲਾਨ ਬਣਾਈ ਹੈਗੀ ਹੈ ਪੂਰੀ ਦੀ ਪੂਰੀ ਮਕਸੂਦਾ ਮੰਡੀ ਪੂਰੀ ਦੀ ਪੂਰੀ ਲਾਂਬੜਾ ਮੰਡੀ ਪੂਰੀ ਦਾ ਪੂਰਾ ਬਟਨ ਪਾਰਕ ਪੂਰੀ ਦੀ ਪੂਰੀ ਜਮਸ਼ੇਰ ਮੰਡੀ ਹਵੇਲੀ ਦੇ ਸਾਹਮਣੇ ਜਿਹੜੀ ਖਾਲੀ ਜਗ੍ਹਾ ਪਈ ਹੈ GT ਰੋਡ ਤੇ PAP ਦਾ ਜਿਹੜਾ ਗਰਾਊਂਡ ਹੈਗਾ ਇਹ ਸਾਰੀਆਂ ਜਗ੍ਹਾ ਤੇ ਅਸੀਂ ਜਿਹੜੀਆਂ ਟਰਾਲੀਆਂ ਜਿੱਥੋਂ ਕਿਸਾਨ ਵੀਰ ਲੈ ਕੇ ਆਣਗੇ ਉਹਨਾਂ ਨੂੰ ਉੱਥੇ ਹੀ ਲਾ ਕੇ ਪੁਲਿਸ ਦੀ ਜਿਹੜੀ ਸੁਪਰਵਿਜ਼ਨ ਦੇ ਅੰਡਰ ਸਿੱਧਾ ਹੀ ਕਿਸਾਨ ਮੰਡੀ ਲਾ ਕੇ ਫਿਰ ਅਸੀਂ ਕਿਸੇ ਆੜਤੀ ਵੀਰ ਦੀ ਸਹਾਇਤਾ ਨਹੀਂ ਲਵਾਂਗੇ ਸਿੱਧੀ ਕਿਸਾਨ ਮੰਡੀ ਲਗਾ ਕੇ ਮਕਸੂਦਾਂ ਦੇ ਵਿੱਚ ਵੀ ਇੱਦਾਂ ਹੀ ਹੋਊਗਾ ਅਸੀਂ ਸਿੱਧੀ ਜਿਹੜੀ ਹੈਗੀ ਹੈ ਰੇੜੀਆਂ ਫੜੀਆਂ ਵਾਲਿਆਂ ਨੂੰ ਵੇਚ ਦਾਂਗੇ ਮੈਂ ਇਹ ਨਹੀਂ ਕਹਿ ਰਿਹਾ ਮੈਂ ਇਹ ਕੰਮ ਲਾਗੂ ਕਰ ਰਿਹਾ ਇਹ ਮੇਰੀ ਪਲਾਨ B ਹੈ ਅਗਰ ਮਜਬੂਰੀ 'ਚ ਕਿਸੇ ਨੇ ਸਟ੍ਰਾਈਕ ਕੀਤੀ ਤਾਂ ਮੈਨੂੰ ਇਹ ਕੰਮ ਕਰਨਾ ਪੈ ਸਕਦਾ ਮੇਰਾ ਬਿਲਕੁਲ ਮਨ ਨਹੀਂ ਮੈਂ ਇਹ ਕੰਮ ਕਰਾਂ ਮੇਰੀ ਦੁਬਾਰਾ ਤੋਂ ਆੜਤੀ ਵੀਰਾਂ ਨੂੰ ਬੇਨਤੀ ਹੈ ਕਿ ਉਹ ਇਸ ਤਰ੍ਹਾਂ ਦੀ ਸਟ੍ਰਾਈਕ ਵਗੈਰਾ ਕੁਛ ਨਾ ਕਰਨ ਇਸ ਕਮੇਟੀ ਨਾਲ ਬੈਠ ਕੇ ਆਪਦੇ ਮਸਲੇ ਹੈ ਜਿਹੜੇ ਹੱਲ ਕਰਨ ਜਿਵੇਂ ਕਮੇਟੀ ਇਹਨਾਂ ਨੂੰ ਗਾਈਡ ਕਰਦੀ ਹੈ ਉਵੇਂ ਵੰਡ ਕੇ ਸੋਸ਼ਲ ਡਿਸਟੈਂਸਿੰਗ ਰੱਖ ਕੇ ਉੱਥੇ ਭੀੜ ਨਾ ਕਰਨ ਸਬਜ਼ੀਆਂ ਵੇਚਣ ਪਰ ਜੇ ਕੋਈ ਐਮਰਜੈਂਸੀ ਦੇ ਹਾਲਾਤ ਆਏ ਤਾਂ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਜਿਹੜਾ ਐਕਟ ਹੈਗਾ ਉਹ ਆਲਰੇਡੀ ਲੱਗਿਆ ਐਪੀਡੈਮਿਕ ਐਕਟ
ਉਹ ਆਲਰੇਡੀ ਲੱਗਿਆ 3.5 ਸਾਲ ਤੋਂ ਤੁਸੀਂ ਮੈਨੂੰ ਦੇਖ ਰਹੇ ਹੋ ਮੈਂ ਕਦੇ ਕਿਸੇ ਨੂੰ ਅਨਨੈਸੈਸਰੀਲੀ ਤੰਗ ਨਹੀਂ ਕੀਤਾ ਪਰ ਜੇਕਰ ਕੋਈ ਐਸੇ ਹਾਲਾਤ ਆਏ ਤਾਂ ਸਖਤ ਤੋਂ ਸਖਤ ਜਿਹੜੇ ਕਦਮ ਹੈ ਉਹ ਲੈ ਕੇ ਲੋਕਾਂ ਦੀ ਸੁਰੱਖਿਆ ਦੇ ਲਈ ਸਬਜ਼ੀ ਜਿਹੜੀ ਉਹਨਾਂ ਦੇ ਘਰ ਘਰ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਔਰ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਜੋ ਆਦੇਸ਼ ਹੈਗੇ ਨੇ ਉਹ ਅਸੀਂ ਲਾਗੂ ਕਰਨ ਲਈ ਦ੍ਰਿੜ ਸੰਕਲਪ ਨੇ ਤੇ ਉਹਨਾਂ ਨੂੰ ਲਾਗੂ ਕੀਤਾ ਜਾਵੇਗਾ ਤੇ ਕਿਸੇ ਨਾਲ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ ਇਸ ਅਪੀਲ ਦੇ ਨਾਲ ਮੈਨੂੰ ਲੱਗਦਾ ਹੈ ਕਿ ਸਾਡੇ ਇਹ ਜਿਹੜੇ ਕੁਝ 5-10 ਆੜਤੀ ਵੀਰ ਇਸ ਗੱਲ ਦੀਆਂ ਧਮਕੀਆਂ ਦੇ ਰਹੇ ਆ ਵੀ ਅਸੀਂ ਸਟ੍ਰਾਈਕ ਕਰਾਂਗੇ ਉਹ ਆਪਦੀ ਸਟ੍ਰਾਈਕ ਵਾਪਸ ਲੈਣਗੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਰਾ ਮਾਹੌਲ ਇੱਦਾਂ ਹੀ ਸੁਖਾਵਾਂ ਬਣਿਆ ਰਹੇਗਾ।